ਆ ਦੇਖ ਵੀ ਜੱਟਾਂ ਦੇ ਪੇੜੇ ਤਾਂ ਥੋੜੇ ਜੇ ਵੱਡੇ ਹੁੰਦੇ ਆ ਜਿਹੜੇ ਮਹਾਜਨਾ ਦੇ ਪੇੜੇ ਕਹਿ ਸਕਦੇ ਆ ਓਡੇ ਓਡੇ ਪੇੜੇ ਆਪਾਂ ਤੁਹਾਨੂੰ ਵਿਖਾ ਦਿੰਨੇ ਆ ਵੀ ਜਿਹੜੀ ਆਪਣੀ ਗੋਭੀ ਦੇ ਥੰਮ ਲੋ ਪੇੜੇ ਬਣ ਗਏ ਆ ਤੁਸੀਂ ਨੇਠ ਲੈ ਜਾ ਕਈ ਭਰਾਵਾਂ ਨੇ ਸਾਡੇ ਖੇਤ ਚੋਂ ਚੋਰੀ ਬੂਟੇ ਵੀ ਲਜਾ ਲਜਾ ਲਾ ਲੇ ਵੀ ਅਸੀਂ ਇਹਦਾ ਇਹਦਾ ਸੀਡ ਤਿਆਰ ਕਰੀਏ 41 ਦਿਨ ਤੇ 17 ਘੰਟਿਆਂ ਦੀ ਗੋਭੀ ਹੋ ਚੁੱਕੀ ਆ ਬਾਈ ਜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਤੇ ਅੱਜ ਦਸਹਿਰਾ ਆ ਜੀ ਤੇ ਅੱਜ ਤੋਂ ਅ 10 ਦਿਨਾਂ ਨੂੰ ਹਫ਼ਤੇ ਨੂੰ ਆਪਾਂ ਜਿਹੜਾ ਇਹਨੂੰ ਵਡਾਈ ਸ਼ੁਰੂ ਕਰ ਦਿਆਂਗੇ ਵੀ ਜਿਹੜੀ ਪੰਜਾਬੀ ਭਾਸ਼ਾ ਹੁੰਦੀ ਆ ਭਰਾਵੋ ਉਹਦੇ ਵਿੱਚ ਆਪਾਂ ਤੁਹਾਨੂੰ ਇੱਕ ਹੈਡਿੰਗ ਜੀ ਦੇਣੀ ਹੁੰਦੀ ਆ ਵੀ ਮਾੜੀ ਕੰਪਨੀ ਦਾ ਕੱਪੜਾ ਲੈ ਆਈਏ ਤੇ ਧੋਦ ਗਏ ਉੱਤੇ ਉਹਦੇ ਬੁਰਜ ਹੀ ਆ ਜਾਂਦੀ ਹੁੰਦੀ ਆ ਸਸਰੀਕਾਲ ਕਿਸਾਨ ਭਰਾਵੋ ਤੇ ਭਰਾਵੋ ਅੱਜ ਉਹ ਦਿਨ ਆ ਗਿਆ ਜਿਹੜੇ ਭਰਾ ਆਪਣੇ ਨਾਲ ਲਗਾਤਾਰ 2-3 ਮਹੀਨਿਆਂ ਤੋਂ ਜੁੜੇ ਆਪਣੇ ਪੇਜ ਨਾਲ ਵੀ ਆਪਣੀ ਲਗਾਤਾਰ ਜਿਹੜੀ ਵੀਡੀਓ ਵੇਂਦੇ ਆ ਉਦੇ ਵਿੱਚ ਉਹ ਭਰਾਵਾਂ ਨੂੰ ਵੀ ਬੜੀ ਖੁਸ਼ੀ ਹੋਊਗੀ ਵੀ ਜਿਹੜੀ ਆਪਾਂ ਲਗਾਤਾਰ ਉਹਨਾਂ ਨੂੰ ਵੀਡੀਓ ਪਾਈ ਵੀ ਐਂ ਗੋਭੀ ਲਾਈ ਅਸੀਂ ਰਾਤ ਨੂੰ ਰਾਤੇ ਰਾਤ ਗੋਭੀ ਲਾਈ ਤਾਂ ਅੱਜ ਬਾਈ ਜੀ ਉਹ ਦਿਨ ਆ ਗਿਆ ਜਿਹੜੀ ਆਪਾਂ ਦਿਨ ਪਰ ਰਾਤ ਮਿਹਨਤ ਕੀਤੀ ਆ ਤੇ ਬਾਬੇ ਨਾਨਕ ਦੀ ਜਿਹੜੀ ਆਪਣੇ ਤੇ ਕਿਰਪਾ ਤੇ ਅੱਜ ਤੁਹਾਨੂੰ ਦਿਖਾਉਨੇ ਆ ਜਿਹੜੀ ਆਪਣੀ 41 ਦਿਨ ਤੇ 17 ਘੰਟਿਆਂ ਦੀ ਗੋਭੀ ਹੋ ਚੁੱਕੀ ਆ ਬਾਈ ਜੀ ਅੱਜ ਆਪਾਂ ਵੀਡੀਓ ਬਣਾ ਰਹੇ ਆ 24 10 2023 ਤੇ ਆਪਣੀ ਗੋਭੀ ਦੇ ਜਿਹੜੇ ਮਤਲਬ ਕਿ ਆਪਾਂ ਕਹਿ ਦਈਏ ਵੀ ਜੱਟਾਂ ਦੇ ਪੇੜੇ ਤਾਂ ਥੋੜੇ ਜੇ ਵੱਡੇ ਹੁੰਦੇ ਆ ਜਿਹੜੇ ਮਹਾਜਨਾਂ ਦੇ ਪੇੜੇ ਕਹਿ ਸਕਦੇ ਆ ਓਡੇ-ਓਡੇ ਪੇੜੇ ਆਪਾਂ ਤੁਹਾਨੂੰ ਵਿਖਾ ਦਿੰਨੇ ਆ ਵੀ ਜਿਹੜੀ ਆਪਣੀ ਗੋਭੀ ਦੇ ਸਮਲੋ ਪੇੜੇ ਬਣ ਗਏ ਆ ਤੁਸੀਂ ਨੇੜੇ ਕਰਕੇ ਥੋੜਾ ਦਿਖਾਉਂਗੇ ਗੋਭੀ ਦਾ ਰੰਗ ਦੇਖ ਸਕਦੇ ਹੋ ਬਰਫ ਵਰਗੇ ਚਿੱਟੇ ਜਿਹੜੇ ਆਪਣੇ ਪੇੜੇ ਬਣਨੇ ਸ਼ੁਰੂ ਹੋ ਗਏ ਆ ਸਿਰਫ ਇੱਕ ਹਫ਼ਤੇ ਦਾ ਇਹਦਾ ਟਾਈਮ ਹੋਰ ਰਹਿ ਗਿਆ ਉਹ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੀ ਤੁਹਾਨੂੰ ਮੈਂ ਕਿਹਾ ਸੀ ਵੀ 42-43 ਦਿਨ ਤੋਂ ਅਸੀਂ ਇਹਦੀ ਕਟਿੰਗ ਸ਼ੁਰੂ ਕਰ ਦਿੰਨੇ ਆ ਤੇ ਕਾਰ ਅਸੀਂ 42-43 ਦਿਨ ਤੋਂ ਦੇਣੀ ਸੀ ਜਿਹੜੀ ਵਿੱਚ ਦੋ ਬਾਰਿਸ਼ਾਂ ਬਹੁਤ ਜ਼ਿਆਦਾ ਇਹਨੂੰ ਪੈ ਗਈਆਂ ਤੇ ਜਿਹੜੇ ਜਿਹੜੇ ਮੁੱਢ ਹਿੱਲ ਚੁੱਕੇ ਸੀਗੇ ਦੁਬਾਰਾ ਫੇਰ ਅਸੀਂ ਜਿਹੜਾ ਮਤਲਬ ਕਿ ਇਹਦੀ ਸੈਟਿੰਗ ਕੀਤੀ ਮਿੱਟੀ ਮੋਟੀ ਲਾ ਕੇ ਤੇ ਉਹਦੇ ਨਾਲ ਜਿਹੜਾ ਇਹ ਟਾਈਮ ਥੋੜਾ ਆ ਇੱਕ ਹਫ਼ਤਾ ਜਿਹੜਾ ਉਹ ਵੱਧ ਲੈ ਚੁੱਕੀ ਆ ਫੇਰ ਵੀ 41 ਦਿਨ 17 ਘੰਟਿਆਂ ਚ ਬਾਈ ਜੀ ਪੇੜਾ ਜਿਹੜਾ ਇਸ ਵੈਰੈਟੀ ਦਾ ਸਾਡੀ ਦਾ ਆ ਗਿਆ ਇਹ ਸਾਡਾ ਆਪ ਦਾ ਖੁਦ ਦਾ ਸੀਡ ਆ ਤੇ ਆਪ ਹੀ ਅਸੀਂ ਇਹ ਤਿਆਰ ਕਰਦੇ ਆ ਸਾਡੇ ਮਗਰ ਕੰਪਨੀਆਂ ਤੁਰੀਆਂ ਫਿਰਦੀਆਂ ਵੀ ਸਾਨੂੰ ਇਹ ਸੀਡ ਦਿਓ ਜਿਹੜਾ ਵੀ ਇੰਨਾ ਫਾਸਟ ਸੀਡ ਆ ਵੀ ਸਾਨੂੰ ਤੁਸੀਂ ਇਹ ਦਿਓ ਅਸੀਂ ਇਹਦੇ ਤੋਂ ਤਿਆਰ ਕਰੀਏ ਪਰ ਇਹ ਸੀਡ ਬਾਈ ਜੀ ਬਣਾਉਣਾ ਬਹੁਤ ਔਖਾ ਹੈ ਅਸੀਂ ਉਹਨਾਂ ਨੂੰ ਵੀ ਕਹਿ ਚੁੱਕੇ ਆ ਬਾਈ ਇਹ ਤੁਸੀਂ ਸਾਡੇ ਬੂਟੇ ਵੀ ਲੈ ਜਾਓ ਕੁਛ ਲੈ ਜਾਓ ਕਈ ਭਰਾਵਾਂ ਨੇ ਸਾਡੇ ਖੇਤ ਚੋਂ ਚੋਰੀ ਬੂਟੇ ਵੀ ਲਜਾ ਲਜਾ ਲਾ ਲੇ ਵੀ ਅਸੀਂ ਇਹਦਾ ਸੀਡ ਤਿਆਰ ਕਰੀਏ ਪਰ ਜਿਹੜੀ ਥਿਉਰੀ ਸਾਡੀ ਆਪਦੀ ਆ ਉਹਦੇ ਤੋਂ ਬਿਨਾ ਬਾਈ ਜੀ ਇਹ ਸੀਡ ਤਿਆਰ ਨਹੀਂ ਹੋ ਸਕਦਾ ਜਿੰਨਾ ਕੋਈ ਮਰਜ਼ੀ ਮੱਥਾ ਮਾਰ ਲੇ ਤਾਂ ਸਾਡੇ ਇਹ ਪਨੀਰੀ ਵੀ ਲੈ ਕੇ ਗਏ ਲੋਕ ਚੋਰੀ ਵੀ ਪੱਟ ਕੇ ਲ ਗਏ ਵੀ ਆਪਾਂ ਇਹਦਾ ਸੀਡ ਤਿਆਰ ਕਰੀਏ ਪਰ ਨਹੀਂ ਬਣਿਆ ਤਾਂ ਆਪਾਂ ਤੁਹਾਨੂੰ ਇਹ ਦਿਖਾਉਨੇ ਆ ਜਿਹੜਾ ਤਕਰੀਬਨ ਸਾਰਾ ਹੀ ਆਪਣਾ ਜਿਹੜਾ ਇਹ ਸੀਡ ਆ ਇੱਕੋ ਵੈਰਾਈਟੀ ਆ ਜੀ ਇਹੇ ਸਾਰੇ ਤਕਰੀਬਨ ਆ ਤੁਸੀਂ ਪੇੜੇ ਦੇਖ ਸਕਦੇ ਹੋ ਸਾਰੇ ਪੇੜਿਆਂ ਚਾਈ ਵੀ ਆ ਇਹ ਇੱਕ ਹਫਤਾ ਆਪਾਂ ਨੂੰ ਅ ਰਹਿ ਗਿਆ ਆਪਣਾ ਤੇ ਅੱਜ ਦਸਹਿਰਾ ਹੈ ਜੀ ਤੇ ਅੱਜ ਤੋਂ 10 ਦਿਨਾਂ ਨੂੰ ਹਫਤੇ ਨੂੰ ਆਪਾਂ ਜਿਹੜਾ ਇਹਨੂੰ ਵੜਾਈ ਸ਼ੁਰੂ ਕਰ ਦੇਾਂਗੇ ਤੇ ਤੁਹਾਨੂੰ ਉਦੋਂ ਪੂਰੀ ਜਿਹੜੀ ਹੈਗੀ ਵੀਡੀਓ ਇਹਦੀ ਵਿਖਾਵਾਂਗੇ ਆਪਣੀ ਲੇਬਰ ਦੀ ਜਿਹੜੀ ਵੜਾਈ ਕਰਨ ਵਾਲੀ ਵੀ ਤੇ ਕਿਹੜਾ ਕਿਹੜਾ ਸਾਈਜ਼ ਆਪਾਂ ਜਿਹੜਾ ਇਹਦਾ ਚੱਕਾਂਗੇ ਕਿੰਨੇ ਗ੍ਰਾਮ ਦਾ ਚੱਕਾਂਗੇ ਉਹ ਤੁਹਾਨੂੰ ਸਾਰਾ ਆਪਾਂ ਦਿਖਾਵਾਂਗੇ ਤੇ ਬਹੁਤ ਵਧੀਆ ਜਿਹੜੀ ਕੁਆਲਿਟੀ ਬਣੀ ਆ ਜੀ ਆਪਣੀ ਗੋਭੀ ਦੀ ਇਦੋਂ ਪਹਿਲਾਂ 1509 ਚੱਕੀ ਸੀ ਹੁਣ ਆਪਾਂ ਗੋਭੀ ਚੱਕਾਂਗੇ ਤੇ ਜਿੰਨੇ ਭਰਾ ਹਜੇ ਝੋਨਾ ਝੋਨਾ ਵੱਢੀ ਜਾਂਦੇ ਆਪਾਂ ਕੋਸ਼ਿਸ਼ ਆਪਣੀ ਵੀ ਉਹਨਾਂ ਦੇ ਬਰਾਬਰ ਜਿਹੜੀ ਆਪਾਂ ਕਣਕ ਫੇਰ ਵੇਚਣੀ ਆ ਇਹ ਕੌਂਗੇ ਵਿੱਚੋਂ ਇੰਨਾ ਕ ਅਸੀਂ ਟਾਈਮ ਜਿਹੜਾ ਹੈਗਾ ਗੋਭੀ ਤੇ ਕੱਢਦੇ ਆਂ ਤੇ ਗੋਭੀ ਦੀ ਜਿਹੜੀ ਮਿਹਨਤ ਆ ਬਾਈ ਜੀ ਬਹੁਤ ਜ਼ਿਆਦਾ ਮਿਹਨਤ ਆ ਨੌਲਜ ਤੋਂ ਬਿਨਾ ਇਹ ਗੋਭੀ ਨਹੀਂ ਹੋ ਸਕਦੀ ਪੜੀਆਂ ਕੌਂ ਪੜੀਆਂ ਦੇ ਜਿਹੜੇ ਸੀਡ ਆ ਕੋਈ 90 ਦਿਨਾਂ ਦੀ ਲਈ ਫਿਰਦਾ ਕੰਪਣੀ ਕੋਈ 75 ਦਿਨਾਂ ਵਾਲੀ ਉਹਦੇ ਚ ਬਾਈ ਜੀ ਤੁਹਾਡੀ ਕਣਕ ਵੀ ਨਹੀਂ ਬੀਜੀ ਜਾਣੀ ਤੇ ਆਪਾਂ ਨੂੰ ਹੁੰਦਾ ਵੀ ਜਿਹੜੀ ਪੱਕੀ ਫਸਲ ਆ ਉਹ ਜ਼ਰੂਰ ਲਈ ਜਾਵੇ ਬਾਸਪਤੀ ਲਈ ਜਾਵੇ ਜਾਂ ਕਣਕ ਦੀ ਫਸਲ ਲਈ ਜਾਵੇ ਵਿਚਲਾ ਟਾਈਮ ਟੇਬਲ ਆ ਜਿਹੜਾ ਉਹ ਆਪਾਂ ਨੂੰ ਹੁੰਦਾ ਵੀ ਜਿਹੜਾ ਆਪਾਂ ਗੋਭੀ ਆ ਜਿਵੇਂ ਤੇ ਆਪਣੇ ਤਕਰੀਬਨ ਆ ਤੁਸੀਂ ਸਾਰੇ ਹੀ ਦੇਖ ਸਕਦੇ ਹੋ ਵੀ ਇਹ ਸਾਰੇ ਬਲਬ ਬਣਨੇ ਸ਼ੁਰੂ ਹੋ ਗਏ ਆ ਤਕਰੀਬਨ ਸਾਰੇ ਬੂਟਿਆਂ ਦੇ ਵਿੱਚ ਬਲਬ ਬਣਨੇ ਸ਼ੁਰੂ ਹੋ ਗਏ ਆ ਨिके-ਨਿਕੇ ਵੀ ਜਿਹੜੀ ਪੰਜਾਬੀ ਭਾਸ਼ਾ ਹੁੰਦੀ ਆ ਭਰਾਵੋ ਉਹਦੇ ਵਿੱਚ ਆਪਾਂ ਤੁਹਾਨੂੰ ਇੱਕ ਹੈਡਿੰਗ ਜੀ ਦੇਣੀ ਹੁੰਦੀ ਆ ਵੀ ਜਾਂ ਪੇੜੇ ਕਹਿ ਦਈਏ ਆਪਾਂ ਵੀ ਪੇੜੇ ਬਣ ਗਏ ਜਾਂ ਕਹਿ ਦਈਏ ਵੀ ਜੀਰੋ ਵਾਲਾ ਬਲਬ ਬਣ ਗਿਆ ਤਾਂ ਉਸ ਤੋਂ ਬਾਅਦ ਉਹ ਹੌਲੀ-ਹੌਲੀ ਜਿਵੇਂ-ਜਿਵੇਂ ਵਧੂਗਾ ਆਪਾਂ ਉਹ ਤੁਹਾਨੂੰ ਫੁੱਲ ਵੀ ਦਿਖਾਵਾਂਗੇ ਰੰਗ ਵੀ ਦਿਖਾਵਾਂਗੇ ਵੀ ਕਿੱਡਾ ਸੋਹਣਾ ਰੰਗ ਆਇਆ ਤੇ ਇਹਦਾ ਆਪਾਂ ਜਿਹੜਾ ਵਜਨ ਆ ਉਹ ਵੀ ਆਵਾਂਗੇ ਸਾਡੇ ਦਿੱਲੀ ਵਾਲੇ ਭਰਾ ਵੀ ਸਾਨੂੰ ਫੋਨ ਕਰ ਰਹੇ ਆ ਵੀ ਕਿੰਨੇ ਦਿਨਾਂ ਤਾਂ ਹੀ ਜਿਹੜੀ ਗੋਭੀ ਆ ਉਹ ਆਪਣੀ ਸਟਾਰਟ ਹੋ ਜੂਗੀ ਆਜ਼ਾਦਪੁਰ ਮੰਡੀ ਦੇ ਜਿਹੜੇ ਭਰਾ ਆਪਣੇ ਨਾਲ ਆ ਪਿਛਲੇ ਸਾਲ ਤੋਂ ਜੁੜੇ ਆ ਤੇ ਆਪਾਂ ਇਹਨੂੰ ਪਾਣੀ ਦੀ ਜਿਹੜੀ ਹੈਗੀ ਆ ਜੀ ਕੱਲ ਨੂੰ ਇਹਦੀ ਪਾਣੀ ਲਾਵਾਂਗੇ ਉਸ ਤੋਂ ਬਾਅਦ ਜਿਹੜੀ ਵढਾਈ ਆ ਵढਾਈ ਕਰਕੇ ਜਾਂ ਹੋ ਸਕਦਾ ਵਿੱਚ ਦੀ ਪਾਣੀ ਲਾਈਏ ਨਹੀਂ ਤਾਂ ਪਾਣੀ ਦੀ ਬਹੁਤ ਇਹਨੂੰ ਘੱਟ ਲੋੜ ਪੈਂਦੀ ਆ ਜਦੋਂ ਗੋਭੀ ਫੁੱਲਾਂ ਤੇ ਆਉਂਦੀ ਆ ਉਹਨੂੰ ਪਾਣੀ ਦੀ ਕੋਸ਼ਿਸ਼ ਹੁੰਦੀ ਉਦੋਂ ਪਹਿਲਾਂ-ਪਹਿਲਾਂ ਪਾਣੀ ਦਿਓ ਤੇ ਵਿੱਚ ਪਾਣੀ ਜੇ ਤੁਸੀਂ ਗੋभी ਕਮਲਾਉਂਦੀ ਆ ਤਾਂ ਪਾਣੀ ਦਿਓ ਨਹੀਂ ਤਾਂ ਜਿੰਨਾ ਤੁਸੀਂ ਪਾਣੀ ਇਹਨੂੰ ਵੱਧ ਲਾਓਗੇ ਓਨੀ ਇਹਦੇ ਉੱਤੇ ਜਿਹੜੀ ਸ਼ਾਈਨਿੰਗ ਆ ਫੁੱਲ ਦੀ ਘਟੂਗੀ ਉੱਤੇ ਆਪਾਂ ਜਿਵੇਂ ਕੋਈ ਮਾੜੀ ਕੰਪਨੀ ਦਾ ਕੱਪੜਾ ਲੈ ਆਈਏ ਤੇ ਧੋਦ ਗਏ ਉੱਤੇ ਉਹਦੇ ਬੁਰਜ ਹੀ ਆ ਜਾਂਦੀ ਹੁੰਦੀ ਆ ਸ਼ਾਈਨਿੰਗ ਘਟ ਜਾਂਦੀ ਆ ਉਸ ਤਰ੍ਹਾਂ ਜੇ ਆਪਾਂ ਪਾਣੀ ਵੱਧ ਲਾਈ ਜਾਵਾਂਗੇ ਤਾਂ ਇਹਦੀ ਸ਼ਾਈਨਿੰਗ ਘਟੂਗੀ ਜਿੰਨੇ ਪਾਣੀ ਦੀ ਇਹਨੂੰ ਮਾਤਰਾ ਘੱਟ ਰੱਖਾਂਗੇ ਤੇ ਉਨਾ ਹੀ ਸੋਹਣਾ ਜਿਹੜਾ ਇਹਦਾ ਫੁੱਲ ਆਊਗਾ ਤੇ ਆਪਾਂ ਤੁਹਾਨੂੰ ਫਿਰ ਅਗਲੀ ਵੀਡੀਓ ਪਾਵਾਂਗੇ ਜੀ ਦਿਖਾਵਾਂਗੇ ਜਿੱਦਨ ਆਪਾਂ ਇਹਨੂੰ ਹੱਥ ਲਾਇਆ ਜਿੰਨੇ ਵੀ ਭਰਾ ਆਪਣੇ ਨਾਲ ਜੁੜੇ ਆ ਤੇ ਆਪਾਂ ਨੇ ਹੌਸਲਾ ਵਝਾਈ ਕਰਦੇ ਰਹੋ ਜੇ ਤੇ ਬਹੁਤ ਵਧੀਆ ਆਪਾਂ ਨੂੰ ਲੱਗਦਾ ਜਦੋਂ ਕੋਈ ਭਰਾ ਮੈਸੇਜ ਕਰਦਾ ਹੌਸਲਾ ਦਿੰਦਾ ਤਾਂ ਬਣੇ ਰਹੋ ਜੇ ਆਪਣੇ ਪੇਜ ਨਾਲ ਤੇ YouTube ਚੈਨਲ ਨਾਲ ਦੇਵਾਂਗੇ ਤੁਹਾਨੂੰ ਵਧੀਆ ਤੋਂ ਵਧੀਆ ਜਾਣਕਾਰੀ ਜੀ ਤੇ ਬਖਾਵਾਂਗੇ ਫਿਰ ਤੁਹਾਨੂੰ ਗੋਬੀ ਦੇ ਜਿਹੜੇ ਦੀਵਾਲੀ ਤੇ ਨਿਕਲਨੇ ਆ ਪਕੌੜੇ ਤੇ ਧੰਨਵਾਦ ਜੀ ਸਾਸਿਕਾ